जी अस्सलाम वालेकुम व रहमतुल्लाह व बरकातुहू। जनाब तमाम देखने और सुनने वाले जितने मेरे दोस्त है बाप जहाँ कहीं से भी ताल्लुक़ रखते हैं, सबसे पहले तो अस्सलाम वालेकुम और दुआ गो हूँ आप सबके लिए कि अल्लाह ताला आप सबको अपने हिफ्ज़ व अमान में रखे। आपका ये दिन, आपका ये संडे, आज 12 मई है और मैं आप लोगों को कल आपसे वादा किया था कि कल मैंने अलहदा इनको रखा हुआ था, आज मैंने केज में से निकाल के बड़े जो है वो अपना जाल में इनको किया है। तो मैंने कहा मैं चले आपको दिखाऊं, तो माशाल्लाह आप बताइएगा ज़रूर भाई। अभी असल में मेरे साथ कोई नहीं है, मैं खुद ही उठाऊँ और मैंने ये बनानी शुरू कर दी है। तो इसमें मैंने ये देखे माशाल्लाह काला नयाब जो है कालू माशाल्लाह आपके सामने है शिकरा, उसके पीछे दूसरा आपको नज़र आ रहा होगा, ये उसने भी अपना थोड़ा सा चेंज किया। ये मैं आपको दिखाता हूँ, ये है माशाल्लाह, ये आपके सामने है। गर्दन देखें, चोंच देखें, पाँव देखें माशाल्लाह। और ये इसके सामने वो मेरे मोतियों वाली जो ब्रीड है वो है माशाल्लाह, बहुत अच्छी और बहुत खूबसूरत निकलेगी। तो मैंने कहा चलें आज आपको थोड़ा सा शो करवाता हूँ, उससे पहले कि जब मेरे साथ कोई होगा इंशाल्लाह तो फिर मैं आपको इनका शो भी करवाऊँगा, इनकी आई का शो करवाऊँगा, कोशिश यही होगी। तो अभी अगर माशाल्लाह आपसे ये मैं ज़रूर कहूँगा कि बाग़े परिंद को आप ज़रूर सब्सक्राइब भी करें ज़्यादा से ज़्यादा चैनल को, और बेल आइकन को प्रेस करें, शेयर करें अपने दोस्तों तक, इसको जो शौकीन हजरात है वो ख़ास तौर पे। तो बहरहाल ज़्यादातर आपके साथ उर्दू में ही बात होती है, लेकिन कोशिश यही है कि ਆ ਤੁਹਾਡੇ ਨਾਲ ਜਿਹੜੀ ਉਹ ਗੱਲ ਪੰਜਾਬੀ ਦੇ ਵਿੱਚ ਵੀ ਇਨਸ਼ਾਅੱਲਾ ਤਾਲਾ ਆਪਣੇ ਭਰਾਵਾਂ ਨਾਲ ਜ਼ਰੂਰ ਹੋਵੇ। ਜਿਹੜੇ ਵੀ ਭਰਾ ਨੇ, ਜਿਹੜੇ ਵੀ ਦੋਸਤ ਨੇ, ਜਿਹੜੇ ਵੀ ਇਹ ਬਾਪ ਦੇਖਦੇ ਨੇ, ਜਿਹੜੇ ਵੀ ਮਿੱਤਰ ਦੇਖਦੇ ਨੇ, ਜਿੱਥੋਂ ਵੀ ਉਹਨਾਂ ਦਾ ਤਾਲੁਕ ਹੈਗਾ, ਤੁਹਾਨੂੰ ਸਭ ਨੂੰ ਮੇਰੇ ਵੱਲੋਂ ਅਸਲਾਮ ਅਲੈਕਮ। ਔਰ 12 ਮਈ ਸੰਡੇ ਦਾ ਦਿਨ, ਤੁਹਾਨੂੰ ਬਹੁਤ ਬਹੁਤ ਮੈਂ ਅੱਲਾਹ ਤਾਲਾ ਤੁਹਾਡਾ ਦਿਨ ਚੰਗਾ ਗੁਜ਼ਾਰੇ। ਅਤੇ ਮੈਂ ਕਿਹਾ ਚਲੋ ਸ਼ੌਕੀਨਾਂ ਨੂੰ ਚੰਗਾ ਸ਼ੌਕ ਕਰਵਾ ਦਈਏ ਤਾਂ ਕਿ ਮਜ਼ੀਦ ਚੰਗਾ ਸ਼ੌਕ ਵੇਖ ਕੇ ਅਤੇ ਉਹਨਾਂ ਦਾ ਦਿਨ ਹੋਰ ਅੱਛਾ ਗੁਜ਼ਰੇ। ਅਤੇ ਮੈਂ ਕੁਝ ਬੱਚੇ ਹੋਰ ਨੇ, ਮੈਂ ਉਹ ਵੀ ਬਾਹਰ ਕੱਢਣਾ, ਪਹਿਲੇ ਮੈਂ ਦਿਖਾ ਚੁੱਕਿਆ, ਮੈਂ ਕਿਹਾ ਚਲੋ ਮੈਂ ਉਹ ਵੀ ਤੁਹਾਨੂੰ ਵਿੱਚ ਜਿਹੜਾ ਵੇ ਉਹਨਾਂ ਦਾ ਸ਼ੌਕ ਵੀ ਕਰਵਾਵਾਂ। ਇਹ ਮਾਸ਼ਾਅੱਲਾ ਅਭੀ ਤੋਂ ਵਹੀ ਹੈ, ਚਾਰੋ ਆਪਕੇ ਸਾਹਮਣੇ ਹੈ। ਮੈਨੇ ਕਿਹਾ ਚਲੇ ਜੇ ਪਹਿਲਾ ਮੋਤੀਓ ਵਾਲਾ, ਪਿੱਛੇ ਸ਼ਿਕਰਾ ਨਜਾਬ ਔਰ ਇਹ ਬਲੈਕ ਕਾਲਾ ਨਜਾਬ ਹੈ, ਇਹ ਮੋਤੀਆਂ ਵਾਲਾ ਮਾਸ਼ਾਅੱਲਾ ਔਰ ਬੜੀ ਨਜਾਬ ਬਰੀਡ ਹੈ ਸਿਆਲਕੋਟ ਦੀ, ਸਿਆਲਕੋਟ ਤੋਂ ਤਾਲੁਕ ਹੈਗਾ ਜਨਾਬ। ਲਓ ਜੀ ਜਨਾਬ ਦੂਸਰੇ ਬੱਚੇ ਵੀ ਵਿੱਚ ਐਡ ਕੀਤੇ ਨੇ, ਜਿਸ ਤਰ੍ਹਾਂ ਕਿਹਾ ਵੇ ਮਾਸ਼ਾਅੱਲਾ, ਦੇਖੋ ਤਾਂ ਦੱਸੋ ਜ਼ਰੂਰ। ਇਹ ਜਿਹੜਾ ਜੇ ਇਹ ਦੋ ਸਾਹਮਣੇ ਨੇ, ਇੱਕ ਹੈ ਖਾਸ ਤੌਰ 'ਤੇ, ਇੱਕ ਹੈ ਜਿਹੜਾ ਵੇ ਔਰ ਇੱਕ ਉਸ ਤੋਂ ਅੱਗੇ ਜਿਹੜਾ ਕਸੂਰੀ, ਔਰ ਇਸ ਤੋਂ ਇਲਾਵਾ ਜਿਹੜਾ ਮੋਤੀਆਂ ਵਾਲੇ ਨੇ ਨਾ ਸਿਆਲਕੋਟੀ, ਉਹ ਉਹਨਾਂ ਦੀ ਮਿਕਸ ਬਰੀਡ ਮੈਂ ਉਹਦੇ ਤੋਂ ਲਿਆ, ਔਰ ਬੜੇ ਹੀ ਸ਼ਾਨਦਾਰ ਔਰ ਬੜੇ ਹੀ ਖੂਬਸੂਰਤ ਨੇ, ਅੱਖਾਂ ਵੀ ਬੜੀਆਂ ਸੋਹਣੀਆਂ ਨਿਕਲੀਆਂ ਨੇ, ਪਰ ਗੁੰਦਾ ਬੜਾ ਮਜ਼ਬੂਤ ਹੈਗਾ, ਹੱਡੀ ਜੋੜ ਬੜੀ ਮਜ਼ਬੂਤ ਹੈ, ਕਿਉਂਕਿ ਪਿੱਛੇ ਦੋਨੋਂ ਬਲੱਡ ਬੜੇ ਪਿਆਰੇ ਹੈਗੇ ਨੇ। ਇੱਕ ਤਾਂ ਤੁਹਾਡਾ ਜਿਹੜਾ ਕਸੂਰੀ ਬਰੈਡ ਆ ਜਾਂਦਾ ਉਹ ਬੜਾ ਜ਼ਬਰਦਸਤ ਹੈ, ਦਰਮਿਆਨ 'ਚ ਸਿਆਲਕੋਟੀ ਆ ਕੇ ਖਲੋ ਗਿਆ ਜਨਾਬ, ਉਹਨੇ ਕਿਹਾ ਕਿ ਮੈਂ ਪਿੱਛੇ ਥੋੜ੍ਹੀ ਰਹਿਣਾ, ਅਗਰ ਮੋਤੀਆਂ ਵਾਲਾ ਨਾ ਆਇਆ ਤਾਂ ਜਨਾਬ
ਦੂਸਰਾ ਮੇਰਾ ਵੀ ਨਾਂ ਆਉਣਾ ਚਾਹੀਦਾ ਹੈ, ਅਤੇ ਜੇ ਦੇਖੋ ਜਨਾਬ ਉਹ ਵੀ ਤੁਹਾਡੇ ਵਿੱਚ ਸਿਆਲਕੋਟ ਹੀ ਆ ਕੇ ਰਲ ਗਿਆ ਵਿੱਚ। ਔਰ ਇਹ ਦੇਖੋ ਮਾਸ਼ਾਅੱਲਾ ਕੈਸੇ ਨੇ, ਕੋਸ਼ਿਸ਼ ਕਰਨਾ ਅਗਰ ਥੋੜ੍ਹਾ ਸਾਰਾ ਅਗਰੈਸਿਵ ਹੈਗੇ ਨੇ। ਮੈਂ ਇਹਨਾਂ ਦੀ ਅੱਖ ਦਾ ਵੀ ਸ਼ੌਕ ਕਰਵਾਉਂਗਾ, ਬੜੀ ਸੋਹਣੀ ਆ ਸ਼ਰਬਤੀ ਔਰ ਲਾਲ ਔਰ ਪਿਆਜ਼ੀ ਜੇ ਡੋਰਿਆਂ ਦੇ ਵਿੱਚ ਇਹਨਾਂ ਦੀ ਬਹੁਤ ਪਿਆਰੀਆਂ ਅੱਖਾਂ ਆਈਆਂ ਨੇ ਸਿਆਲਕੋਟ ਕਸੂਰੀ ਬਰੇਡ ਦੀ ਮਿਲ ਕੇ। ਠੀਕ ਹੈ, ਇੱਕ ਇਹ ਜੇ ਇਹ ਨੁੱਕਰ ਦੇ ਵਿੱਚ ਜਿਹਦੇ ਕੋਲ ਕਾਲਾ ਨਜਾਬ ਜਾ ਰਿਹਾ, ਇਹ ਸਿਆਲਕੋਟ ਹੀ ਹੈਗਾ ਜੀ ਜਨਾਬ। ਜਨਾਬ ਆ ਪੂਰਾ ਗਰੁੱਪ ਹੈਗਾ ਜੇ ਗੈਂਗਸਟਰ, ਮਾਸ਼ਾਅੱਲਾ ਗੈਂਗਸਟਰ ਗਰੁੱਪ ਹੈਗਾ। ਜਿਸ ਭਾਈ ਨੂੰ ਪਸੰਦ ਆਉਣ ਜ਼ਰੂਰ ਕਮੈਂਟ ਕਰੇ, ਸ਼ੇਅਰ ਕਰੇ ਜ਼ਿਆਦਾ ਜ਼ਿਆਦਾ, ਤਾਂ ਕਿ ਦੂਸਰੇ ਦੋਸਤ ਭਰਾ ਵੀ ਇਹਨੂੰ ਦੇਖ ਸਕਣ। ਇਹ ਦਰਮਿਆਨ 'ਚ ਵੀ ਬੱਚਾ ਮੈਂ ਤੁਹਾਨੂੰ ਦਿਖਾਵਾਂਗਾ, ਇਹ ਵੀ ਕਸੂਰੀ ਔਰ ਮੋਤੀਆਂ ਵਾਲੇ ਦੀ ਮਿਕਸ ਬਰੀਡ ਹੈਗੀ, ਦੋਵਾਂ 'ਚੋਂ ਲਿਆ। ਮਾਸ਼ਾਅੱਲਾ ਬੱਚਾ ਦੇਖੋ ਤੁਹਾਡੇ ਸਾਹਮਣੇ ਹੈਗਾ, ਅਤੇ ਤੁਹਾਨੂੰ ਕੈਸਾ ਲੱਗ ਰਿਹਾ? ਨਹੀਂ ਇੱਕ ਜਗ੍ਹਾ 'ਤੇ ਰੁਕਦੇ। ਬਹਰਹਾਲ ਜਨਾਬ ਚੈਨਲ ਨੂੰ ਸਬਸਕ੍ਰਾਈਬ ਕਰੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਬੈੱਲ ਆਈਕਾਨ ਨੂੰ ਪ੍ਰੈਸ ਕਰੋ। ਇੱਕ ਇੱਕ ਬੱਚੇ ਨੂੰ ਮੈਂ ਫੜ ਕੇ ਇਨਸ਼ਾਅੱਲਾ ਦਿਖਾਵਾਂਗਾ, ਸ਼ੋਅ ਕਰਵਾਵਾਂਗਾ। ਲਓ ਜਨਾਬ ਖੁਸ਼ ਰਹੋ ਅਤੇ ਖੁਸ਼ੀਆਂ ਵੰਡੋ, ਅਤੇ ਦੁਆਵਾਂ ਯਾਦ ਰੱਖਣਾ ਜੇ ਭਰਾਵਾਂ ਨੂੰ ਇੰਨਾ ਸੋਹਣਾ ਸ਼ੋਅ ਕਰਵਾਈਦਾ, ਅਤੇ ਸਾਰੇ ਭਰਾ ਜ਼ਰੂਰ ਦੱਸਣ। ਚੱਲ ਬਾਈ ਤੂੰ ਵੀ, ਤੈਨੂੰ ਵਹਾਉਣ ਵਾਸਤੇ ਮੈਨੂੰ ਟਾਈਮ ਲੱਗਾ ਤੁਹਾਡਾ ਹੀ। ਲਓ ਜਨਾਬ ਖੁਸ਼ ਰਹੋ, ਅਤੇ ਭਿਜ ਆਪਣਾ ਜਿਹੜਾ ਮੇਰਾ ਬਾਗੇ ਪਰਿੰਦਿਆਂ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਬੈੱਲ ਆਈਕਾਨ ਨੂੰ ਪ੍ਰੈਸ ਕਰੋ, ਜ਼ਿਆਦਾ ਜ਼ਿਆਦਾ ਕਮੈਂਟ ਦਵੋ। ਅਤੇ ਪੂਰੇ ਬੱਚੇ ਨੇ ਮਾਸ਼ਾਅੱਲਾ 1 2 3 4 5 6 7 8 ਮਾਸ਼ਾਅੱਲਾ ਬੱਚਿਆਂ ਦਾ ਢੇਰ ਲੱਗਾ ਦਾ, ਕਿਸੇ ਦੋਸਤ ਨੂੰ ਭਰਾ ਨੂੰ ਚਾਹੀਦੇ ਹੋਣ ਉਹ ਵੀ ਦੱਸ ਸਕਦੇ ਨੇ। ਖੁਸ਼ ਰਹੋ ਜੀ, ਖੁਸ਼ੀਆਂ ਵੰਡੋ। ਅਸਲਾਮ ਅਲੈਕਮ ਵਰਹਮਤੁਲਾਹਿ ਵਬਰਕਾਤਹੂ।